ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਅਮ੍ਰਿਤ ਮਾਨ ਅਤੇ ਸਾਡਾ ਪਹਿਲਾ ਬਲੌਗ ਜੀ ਅੱਜ ਦੇ ਨਾਲ, ਜੋ ਕਿ ਸਾਨੂੰ ਅਨਐਕਸਪਲੋਰ ਜਗ੍ਹਾ 'ਤੇ ਲੈ ਕੇ ਜਾ ਰਹੇ ਨੇ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਨੂੰ ਦੀਨਾਨਗਰ ਦੀ ਇੱਕ ਅਨਐਕਸਪਲੋਰ ਜਗ੍ਹਾ 'ਤੇ ਲੈ ਕੇ ਜਾ ਰਿਹਾ ਹਾਂ, ਜੋ ਕਿ ਮਹਾਰਾਜਾ ਰਣਜੀਤ ਸਿੰਘ ਜੀ ਦਾ ਮਹਿਲ ਹੁੰਦਾ ਰਿਹਾ ਸੀ। ਵੈਸੇ ਤਾਂ ਉਹਨਾਂ ਦੀ ਕੈਪੀਟਲ ਲਾਹੌਰ ਸੀ, ਲੇਕਿਨ ਗਰਮੀਆਂ ਦੀਆਂ 2 ਮਹੀਨੇ ਦੀਆਂ ਛੁੱਟੀਆਂ ਕੱਟਣ ਨੂੰ ਦੀਨਾਨਗਰ ਆਉਂਦੇ ਸੀ, ਇੱਥੇ ਸਟੇਅ ਕਰਦੇ ਸੀ। ਸੋ ਉਹ ਜਗ੍ਹਾ ਹੁਣ ਕਾਫੀ ਖੰਡਰ ਹੋ ਚੁੱਕੀ ਹੈ। ਸੋ ਮੈਂ ਸੋਚਿਆ ਕਿ ਇੱਕ ਬਲੌਗ ਬਣਾਉਂਦੇ ਹਾਂ ਅਤੇ ਤੁਹਾਨੂੰ ਸਾਰੇ ਲੋਕਾਂ ਨੂੰ ਉਹ ਚੀਜ਼ ਦਿਖਾਉਂਦੇ ਹਾਂ। ਹਾਂਜੀ, ਅਤੇ ਚਲੋ ਤੁਹਾਨੂੰ ਲੈ ਕੇ ਚੱਲਦੇ ਹਾਂ ਉਸ ਪਲੇਸ 'ਤੇ। ਲੈਟਸ ਐਕਸਪਲੋਰ। ਹਾਂਜੀ, ਅਤੇ ਆਪਾਂ ਪੁੱਜ ਹੀ ਗਏ ਹਾਂ ਫਾਈਨਲੀ, ਅਤੇ ਆਹ ਬਾਗ ਹੈ, ਤੁਸੀਂ ਦੇਖ ਸਕਦੇ ਹੋ, ਅਤੇ ਬਹੁਤ ਘੈਂਟ ਲੋਕੇਸ਼ਨ ਆ। ਬਾਕੀ ਤੁਹਾਨੂੰ ਦਿਖਾਉਂਦੇ ਹਾਂ। ਸੋ ਅਸੀਂ ਪਹੁੰਚ ਚੁੱਕੇ ਹਾਂ ਦੀਨਾਨਗਰ ਦੇ ਬਾਰਾਦਰੀ ਕਰਕੇ ਇਹ ਪਲੇਸ ਹੈ। ਤੁਸੀਂ ਆਰਕੀਟੈਕਚਰ ਦੇਖ ਸਕਦੇ ਹੋ ਇਹਦਾ, ਜੋ ਕਿ ਬਹੁਤ ਸੋਹਣਾ ਹੈ। ਅਤੇ ਤੁਸੀਂ ਗੇਟ ਦੇਖ ਸਕਦੇ ਹੋ, ਇਹਦੇ ਗੇਟ ਦੇ ਉੱਪਰ ਆਰਕੀਟੈਕਚਰ, ਅਤੇ ਨਾਲ ਇੱਥੇ ਕੁਝ ਛੋਟੀ ਮੋਟੀ ਪੇਂਟਿੰਗ ਵੀ ਹੈ ਜੋ ਬਚ ਗਈ ਹੈ, ਜਿਵੇਂ ਕਿ ਕੁਛ ਇਸ ਟਾਈਪ ਦੀ। ਇੱਦਾਂ ਲੱਗ ਰਿਹਾ ਕਿ ਜਿੱਦਾਂ ਇਸ ਤੋਂ ਬਾਅਦ ਪੇਂਟਿੰਗ ਹੋਈ ਨਹੀਂ ਹੁੰਦੀ, ਇਕਦਮ ਓਰੀਜਨਲ ਪੇਂਟਿੰਗ ਹੈ। ਛੋਟੀਆਂ ਛੋਟੀਆਂ ਇੱਟਾਂ ਨੇ। ਹਾਂਜੀ ਭਾਅ ਜੀ, ਅਤੇ ਮਤਲਬ ਤੁਸੀਂ ਇੰਨਾ ਕੁਝ ਇੱਥੇ ਇੱਟਾਂ ਨੇ। ਹਾਂਜੀ ਭਾਅ ਜੀ, ਅਤੇ ਮਤਲਬ ਤੁਸੀਂ ਇੰਨਾ ਕੁਝ ਇੱਥੇ ਦੱਸਿਆ ਵਾ, ਅਤੇ ਥੋੜ੍ਹੀ ਵੱਖਰੀ ਚੀਜ਼ ਕੀ ਆ? ਭਾਅ ਜੀ ਇੱਥੇ ਵੱਖਰੀ ਚੀਜ਼ ਇੱਕ ਸੁਰੰਗ ਹੈ। ਹਾਂਜੀ, ਆਪਾਂ ਤੁਹਾਨੂੰ ਦਿਖਾ ਦਿੰਦੇ ਹਾਂ। ਵੈਸੇ ਤਾਂ ਹੁਣ ਸੁਰੰਗਾਂ ਪੂਰਤੀਆਂ ਨਹੀਂ ਮੈਂ ਭਰਤੀਆਂ ਨਹੀਂ, ਕਿਉਂਕਿ ਕਾਫੀ ਖਤਰਾ ਹੈ ਸੁਰੰਗ ਦੇ ਵਿੱਚ, ਇਸ ਕਰਕੇ ਬੰਦ ਕਰ ਦਿੱਤੀਆਂ ਗਈਆਂ ਨੇ, ਲੇਕਿਨ ਸਟਿਲ ਤੁਹਾਨੂੰ ਉਹ ਤਾਂ ਇਹ ਬੰਦ ਕਰ ਚੁੱਕੇ ਨੇ, ਆਹ ਦੇਖ ਲਓ ਤੁਸੀਂ, ਆਹ ਪੂਰਤੀ ਹੈ ਗੁਬਾ। ਹਾਂਜੀ, ਅਤੇ ਇਹ ਗੁਬਾ ਚ ਵੀ ਜਾਂਦੀ ਸੀ ਪਹਿਲੇ, ਪਤਾ ਨਹੀਂ ਹੁਣ ਕਿੱਥੇ ਜਾਂਦੀ ਹੈ, ਪਰ ਜਾਂਦੀ ਹੋਈ ਨਹੀਂ ਜਾਂਦੀ। ਸਹੀ ਹੈ, ਚਲੋ ਹੁਣ ਆਪਾਂ ਚੱਲੇ ਹਾਂ ਫਸਟ ਫਲੋਰ 'ਤੇ। ਹਾਂਜੀ, ਅਤੇ ਦੇਖਦੇ ਹਾਂ ਉੱਥੇ ਸਾਨੂੰ ਕੀ ਮਿਲਦਾ ਹੈ। ਫਸਟ ਫਲੋਰ 'ਤੇ ਤਾਂ ਗਾਈਜ਼ ਆਪਾਂ ਆ ਗਏ ਹਾਂ, ਅਤੇ ਫਸਟ ਫਲੋਰ 'ਤੇ ਕੁਛ ਇਹੋ ਜਿਹਾ ਨਜ਼ਾਰਾ ਆ। ਛੱਤ ਹੈ ਨਹੀਂ ਆ, ਛੱਤ ਤਾਂ ਡਿੱਗ ਚੁੱਕੀ ਹੈ, ਅਤੇ ਕਾਫੀ ਸਹੀ ਲੱਗ ਰਿਹਾ। ਮੈਨੂੰ ਲੱਗਦਾ ਉੱਪਰ ਜਾ ਕੇ ਸਾਨੂੰ ਹੋਰ ਵਧੀਆ ਤਰੀਕੇ ਨਾਲ ਸਮਝ ਆਏਗੀ ਚੀਜ਼ ਦੀ। ਹਾਂਜੀ, ਚਲੋ ਚਲੋ ਲੈਟਸ ਗੋ। ਆਪਾਂ ਸਭ ਤੋਂ ਟੋਪ ਫਲੋਰ 'ਤੇ ਇਸ ਟਾਈਮ, ਤੁਸੀਂ ਦੇਖ ਸਕਦੇ ਹੋ ਦੇਖੋ ਯਾਰ ਕਿਆ ਵਿਊ ਹੈ, ਮਤਲਬ ਮਜ਼ੇ ਵਾਲੀ ਚੀਜ਼ ਹੈ। ਚਲੋ ਡਾਊਨ ਟੂ ਅਰਥ ਚਲੀਏ। ਹਾਂਜੀ, ਫਿਰ ਭਾਅ ਜੀ ਤੁਹਾਡੀ ਕੀ ਫੀਲਿੰਗ ਹੈ ਇੱਥੇ ਆ ਕੇ? ਫੀਲਿੰਗ ਭਾਅ ਜੀ ਬਹੁਤ ਵਧੀਆ ਇੱਥੇ, ਮਤਲਬ ਇੱਦਾਂ ਲੱਗਦਾ ਜਿੱਦਾਂ ਦਿਲ ਖੁਸ਼ ਹੋ ਜਾਂਦਾ। ਕੁਛ ਜਗ੍ਹਾ ਕਹਿੰਦੀ ਆ, ਤੁਹਾਨੂੰ ਪਤਾ ਵਾ ਕਿ ਆਪਾਂ ਕਿਤੇ ਵੀ ਜਾਂਦੇ ਹਾਂ ਨਿਊ ਜਗ੍ਹਾ 'ਤੇ, ਇੱਦਾਂ ਇਤਿਹਾਸਿਕ ਜਗ੍ਹਾ 'ਤੇ ਬਹੁਤ ਵਧੀਆ ਲੱਗਦਾ ਵਾ। ਅਤੇ ਮੈਂ ਤੁਹਾਨੂੰ ਕਹਿੰਦਾ ਤੁਸੀਂ ਵੀ ਇੱਥੇ ਆਓ, ਟਾਈਮ ਸਪੈਂਡ ਕਰੋ, ਬਹੁਤ ਹੀ ਜ਼ਿਆਦਾ ਵਧੀਆ ਲੱਗਦਾ ਵਾ। ਬਾਕੀ ਬਹੁਤ ਬਹੁਤ ਧੰਨਵਾਦ ਆ ਮੇਰੇ ਭਰਾ ਦਾ ਜੋ ਮੈਨੂੰ ਇੱਥੇ ਲੈ ਕੇ ਆਇਆ ਵਾ, ਕੀ ਕਦੇ ਸੋਚਿਆ ਨਹੀਂ ਕਿ ਸਾਡੇ ਦੀਨਾਨਗਰ 'ਚ ਇੰਨੀ ਵਧੀਆ ਚੀਜ਼ ਹੋਏਗੀ। ਬਾਕੀ ਤੁਹਾਨੂੰ ਬਲੌਗ ਦੇ ਵਿੱਚ ਪਤਾ ਲੱਗ ਜਾਣਾ ਵਾ, ਵਿਊ ਚੈੱਕ ਕਰੋ ਕਿੱਦਾਂ ਦੀ ਜਗ੍ਹਾ ਵਾ। ਅਤੇ ਹਾਂਜੀ, ਜਗ੍ਹਾ ਦੇਖੀ ਆ, ਸਿਨਮੈਟੋਗ੍ਰਾਫੀ ਵਿਊ ਲਏ ਆ ਭਾਅ ਜੀ ਉਹਨਾਂ ਨਾਲ, ਬਹੁਤ ਹੀ ਵਧੀਆ ਲੱਗਾ ਵਾ। ਮਤਲਬ
ਇੱਕ ਵਾਰੀ ਤੁਸੀਂ ਆਓ ਤੁਹਾਨੂੰ ਖੁਦ ਪਤਾ ਲੱਗਣਾ ਵਾ ਤੇ ਤੁਹਾਡਾ ਕੀ ਐਕਸਪੀਰੀਅੰਸ ਆ ਭਾਜੀ ਇਹ ਜਗ੍ਹਾ ਬਾਰੇ? ਬਹੁਤ ਹੀ ਜ਼ਿਆਦਾ ਇੱਥੇ ਰੂਹਾਨੀ ਅਹਿਸਾਸ ਹੋਇਆ ਸਾਨੂੰ, ਰੂਹਾਨੀ ਅਹਿਸਾਸ। ਹਾਂਜੀ, ਤੇ ਬਸ ਮੈਂ ਇਹੀ ਕਹਿਣਾ ਚਾਹੁੰਦਾ ਕਿ ਤੁਸੀਂ ਇਸ ਜਗ੍ਹਾ ਨੂੰ ਵਿਜ਼ਿਟ ਕਰੋ, ਬਹੁਤ ਵਧੀਆ ਜਗ੍ਹਾ, ਅਨਐਕਸਪਲੋਰਡ ਜਗ੍ਹਾ ਹੈ, ਅਤੇ ਜੇ ਤੁਸੀਂ ਦੀਨਾਨਗਰ 'ਚ ਰਹਿੰਦੇ ਹੋ ਤਾਂ ਤੁਹਾਨੂੰ ਤਾਂ ਜ਼ਰੂਰ ਆਉਣਾ ਚਾਹੀਦਾ ਹੈ। ਸੋ ਬਾਕੀ ਤੁਸੀਂ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਦਿਓ ਅਤੇ ਬਾਕੀ ਦੱਸਿਓ ਪਹਿਲਾ ਬਲੌਗ ਆਪਣਾ ਜ਼ਰੂਰ ਦੱਸਿਓ ਕਿ ਕਿੱਦਾਂ ਦਾ ਲੱਗਾ ਵਾ ਜਾਂ ਵਧੀਆ ਲੱਗਾ ਜਾਂ ਨਹੀਂ ਲੱਗਾ, ਮੇਰਾ ਵੀ ਦੱਸਿਓ ਜ਼ਰੂਰ। ਅਤੇ ਮਿਲਦੇ ਹਾਂ ਫਿਰ ਨੈਕਸਟ ਬਲੌਗ ਦੇ ਵਿੱਚ। ਬਾਏ ਬਾਏ।